ਉਹ ਭੱਜ ਲੋ ਲੜਾਈ ਲੱਗ ਗਈ, ਭੱਜ ਲੋ ਲੋਕੋ, ਉਹ ਭੱਜ ਲੋ ਲੋਕੋ, ਲੜਾਈ ਲੱਗ ਗਈ, ਪਰ ਏਦੂ ਬਾਅਦ ਲੜਾਈ ਲੱਗੂ, ਭੱਜ ਲੈ ਮੈਂ ਤੈਨੂੰ ਦੱਸਾਂ, ਘਰ ਵਾਲੇ ਨੇ ਮੈਨੂੰ ਅੱਗ ਲਾਉਂਦੇ ਆ ਦੇਖ ਲਿਆ। ਤੈਨੂੰ ਕਿੰਨੀ ਵਾਰ ਆਪਣੀ ਬੋਲੀ ਨੂੰ ਸੁਧਾਰ, ਕਿਉਂ ਤੇਰਿਆਂ ਕੋ ਕਰਦਾ ਰਹਿਣਾ? ਉਹ ਹੁਣ ਤਾਂ ਸ਼ਾਂਤੀ ਮੈਂ ਆਪਣੀ ਬੋਲੀ ਠੀਕ ਕਰ ਲਈ ਤੇਰਿਆਂ ਕੋ, ਪਹਿਲਾਂ ਤਾਂ ਮੈਨੂੰ ਤੇਰਿਆਂ ਕੋ ਕਹਿਣ ਦੀ ਬਹੁਤ ਆਦਤ ਸੀ। ਫੇ ਹੋਇਆ ਕੀ ਸੀ? ਉਹ ਹੋਇਆ ਇਦਾਂ ਸੀ ਸ਼ਾਂਤੀਏ, ਪਤਾ ਨੀ ਮੈਂ ਉਹਨਾਂ ਨੂੰ ਕੁਛ ਨਾ ਕੁਛ ਕਹਿ ਬੈਠਾ। ਅੱਛਾ। ਤੇ ਉਹਨਾਂ ਨੇ ਮੇਰੀ ਬੇਇੱਜ਼ਤੀ ਜੀ ਕਰਤੀ ਤੇਰਿਆਂ ਕੋ, ਤੇ ਮੈਨੂੰ ਗੁੱਸਾ ਚੜਿਆ ਤੇ ਮੈਂ ਉਹਨਾਂ ਦੇ ਘਰ ਨੂੰ ਅੱਗ ਲਾ ਦਿੱਤੀ ਤੇਰਿਆਂ ਕੋ। ਬੇ ਅਮਲੀਆ ਗੱਲ ਤਾਂ ਦੱਸ ਮੈਨੂੰ। ਉਹ ਗੱਲ ਇਦਾਂ ਸੀ ਸ਼ਾਂਤੀਏ, ਬਈ ਉਹ ਜਿਹੜਾ ਮੁੰਡਾ ਬਿੱਲਾ ਨੀ ਹੈਗਾ ਵੱਡਾ ਲੱਖੇ ਵਾਲੀ ਆ, ਇੱਕ ਦਿਨ ਮੈਂ ਰਾਂਤੀ ਦੁੱਧ ਲੈ ਕੇ ਗਿਆ ਤੇਰਿਆਂ ਕੋ, ਤੇ ਉਹ ਮੁੰਡਾ ਹੈ ਨੀ ਸੀ, ਉਹਦੀ ਕਿਤੇ ਬੇਬੇ ਬੈਠੀ ਸੀ ਡੈਡੀ ਚਾਚੀ, ਮੁੰਡਾ ਕਿੱਥੇ ਆਇਆ ਤੇਰਾ? ਕਿਤੇ ਲਾਂਭ ਗਿਆ ਹੋਇਆ, ਲੇਟ ਕਿਉਂ ਆਇਆ ਮੋਇਆ? ਉਹ ਬਸ ਡੀਜ਼ਲ ਇੰਜਣ ਆ ਚਾਚੀ, ਹੌਲੀ ਹੌਲੀ ਸਟਾਰਟ ਹੁੰਦੇ ਆ ਲਿਆ ਕਰ, ਦੁੱਧ ਪਾ ਫਟਾਫਟ। ਭਜਨਿਆ ਅੱਜ ਦੁੱਧ ਘੱਟ ਕਿਉਂ ਆ? ਉਹ ਦੁੱਧ ਤਾਂ ਘੱਟ ਆ ਚਾਚੀ, ਵੀ ਸਾਡੀ ਮੱਝ ਨਾ ਕੱਲ ਦੀ ਡੋਕਾ ਜਿਹਾ ਕਰੀ ਬੈਠੀ ਆ ਤੇਰੇ ਅੰਕੋ।